ਤਾਂ ਦੱਸਦੇ ਕਿ ਦਿਨ ਦੇ ਹਾੜੇ ਵੱਡਾ ਧਮਾਕਾ ਹੋਇਆ ਜਿੱਥੇ ਲੋਕਾਂ ਨੂੰ ਮੌਕੇ 'ਤੇ ਭਾਜੜਾਂ ਪੈ ਜਾਂਦੀਆਂ ਨੇ ਤਾਂ ਦੁਕਾਨਦਾਰ ਵੀ ਆਪਣੀਆਂ ਦੁਕਾਨਾਂ ਛੱਡ ਕੇ ਉੱਥੋਂ ਭੱਜ ਜਾਂਦੇ ਨੇ ਅਤੇ ਰੇਹੜੀ ਵਾਲੇ ਵੀ ਉੱਥੋਂ ਨਿਕਲ ਜਾਂਦੇ ਨੇ ਤਾਂ ਕੋਲ ਖੜ੍ਹੇ ਜਿਹੜੇ ਲੋਕ ਹੁੰਦੇ ਨੇ ਇਸ ਧਮਾਕੇ ਦੀ ਆਵਾਜ਼ ਨਾਲ ਉਹਨਾਂ ਦੇ ਕੰਨ ਵੀ ਸੁੰਨ ਹੋ ਜਾਂਦੇ ਨੇ ਤਾਂ ਕਈ ਕਿਲੋਮੀਟਰ ਦੂਰ ਤੱਕ ਲੋਕਾਂ ਨੂੰ ਇਸ ਧਮਾਕੇ ਦੀ ਆਵਾਜ਼ ਸੁਣੀ ਹੈ। ਇਸ ਤੋਂ ਬਾਅਦ ਮੌਕੇ 'ਤੇ ਪ੍ਰਸ਼ਾਸਨ ਦੀ ਟੀਮ ਵੀ ਪਹੁੰਚਦੀ ਹੈ ਤਾਂ ਉਹਨਾਂ ਨੇ ਪਹੁੰਚ ਕੇ ਜਾਂਚ ਕੀਤੀ, ਜਿਸ ਤੋਂ ਬਾਅਦ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਧਮਾਕੇ ਤੋਂ ਬਾਅਦ ਲੋਕਾਂ ਦੇ ਮਨਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਸੀ ਕਿਉਂਕਿ ਵੱਡਾ ਧਮਾਕਾ ਹੋਇਆ ਜਿਸ ਤੋਂ ਬਾਅਦ ਲੋਕ ਕਾਫੀ ਡਰ ਗਏ ਸੀ। ਤਾਂ ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਪਹੁੰਚੀ ਤਾਂ ਉਹਨਾਂ ਨੇ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ, ਸਭ ਠੀਕ ਹੈ। ਇਸ ਸੰਬੰਧੀ ਉਹਨਾਂ ਨੇ ਦੱਸਿਆ ਕਿ ਕੂੜੇ ਦਾ ਵੱਡਾ ਢੇਰ ਲੱਗਿਆ ਹੋਇਆ ਸੀ ਜਿਸ ਦੇ ਵਿੱਚ ਅੱਗ ਲੱਗੀ ਹੋਈ ਸੀ ਤਾਂ ਇਸ ਢੇਰ ਦੇ ਵਿੱਚ ਕਈ ਸ਼ਰਾਬ ਅਤੇ ਬੀਅਰ ਦੀਆਂ ਬੋਤਲਾਂ ਪਈਆਂ ਸੀ ਅਤੇ ਇਹਨਾਂ ਦੇ ਵਿੱਚ ਅੱਗ ਲੱਗਣ ਕਾਰਨ ਇਹ ਬੋਤਲਾਂ ਫਟ ਗਈਆਂ ਸੀ ਜਿਸ ਕਾਰਨ ਇਹ ਵੱਡਾ ਧਮਾਕਾ ਹੋਇਆ ਅਤੇ ਇਸ ਦੀ ਆਵਾਜ਼ ਕਰਕੇ ਲੋਕ ਡਰ ਗਏ। ਤਾਂ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਘਬਰਾਉਣ ਦੀ ਕੋਈ ਵੀ ਲੋੜ ਨਹੀਂ। ਤੁਹਾਨੂੰ ਦੱਸ ਦਈਏ ਕਿ ਪਠਾਨਕੋਟ ਦੇ ਵਿੱਚ ਇਹ ਧਮਾਕਾ ਹੋਇਆ ਸੀ ਜਿੱਥੇ ਇੱਕ ਘੂੜੇ ਦੇ ਢੇਰ ਨੂੰ ਅੱਗ ਲੱਗੀ ਹੋਈ ਸੀ ਤਾਂ ਪੁਲਿਸ ਮੁਤਾਬਕ ਇਸ ਦੇ ਵਿੱਚ ਸ਼ਰਾਬ ਅਤੇ ਬੀਅਰ ਦੀਆਂ ਬੋਤਲਾਂ ਪਈਆਂ ਸੀ ਤਾਂ ਬੋਤਲਾਂ ਦੇ ਵਿੱਚ ਅੱਗ ਲੱਗੀ ਜਿਸ ਕਾਰਨ ਇਹ ਫਟ ਜਾਂਦੀਆਂ ਨੇ ਤਾਂ ਵੱਡੇ ਧਮਾਕੇ ਦੀ ਆਵਾਜ਼ ਆਉਂਦੀ ਹੈ। ਤਾਂ ਇਸ ਆਵਾਜ਼ ਨੂੰ ਸੁਣ ਕੇ ਮੌਕੇ 'ਤੇ ਲੋਕ ਡਰ ਜਾਂਦੇ ਨੇ ਅਤੇ ਆਪਣੀ ਜਾਨ ਬਚਾ ਕੇ ਉੱਥੋਂ ਨਿਕਲ ਜਾਂਦੇ ਨੇ। ਨਾਮ ਅਰਜੀਤ ਵੀਰ, ਕੀ ਗੱਲਬਾਤ ਹੈ ਜੀ? ਗੱਲਬਾਤ ਕੀ, ਘਰੋਂ ਆਇਆ ਜੀ ਕੰਮ ਕਰਨ। ਹਾਂਜੀ, ਸਾਰੇ ਲੱਗੇ ਦੇ ਸੀ ਆਪਣੇ ਆਪਣੇ ਕੰਮ ਕਰਨ, ਘਰ ਅੱਗ ਲਾਈ ਦੀ, ਕਹਿੰਦੇ ਧੂੰਆਂ ਉੱਠੇਗਾ ਤਾਂ ਜੀ ਧਮਾਕਾ ਇੱਦਾਂ ਦਾ ਹੋਇਆ ਸਾਡੇ ਹਾਲੇ ਤੱਕ ਵੀ ਕੰਨ ਸੁਣਨ ਗਏ ਆ, ਇੰਨੀ ਰੇਂਜ ਲੁਆਂਟਾ ਅੱਗ ਦਾ ਉੱਠਿਆ ਉਸ ਵੇਲੇ ਤੱਕ ਗਿਆ ਉੱਪਰ, ਉਸ ਤੋਂ ਬਾਅਦ ਆਇਆ ਕੋਈ 15-20 ਮਿੰਟਾਂ ਮੈਂ ਮੁਲਾਜ਼ਮ ਵੀ ਆ ਗਏ, ਹੈ ਨਹੀਂ ਪਤਾ ਜੀ ਕੀ ਲੱਗਦਾ ਤੁਹਾਨੂੰ ਕੀ ਹੋ ਸਕਦਾ ਹੁਣ ਜਿਸ ਹਿਸਾਬ ਦਾ ਧਮਾਕਾ ਹੋਇਆ ਮਾੜਾ ਇੱਦਾਂ ਦਾ ਕਦੀ ਧਮਾਕਾ ਸੁਣਿਆ ਨਹੀਂ ਹੈਗਾ। ਮੈਂ ਬਲੋਲ ਨਗਰ ਦਾ ਰਹਿਣ ਵਾਲਾ, ਇੱਧਰ ਭਾਈ ਹੁਣੇ ਅੱਧਾ ਘੰਟਾ ਪਹਿਲੇ ਵਿਸਫੋਟ ਵਾਂਗੂ ਹੋਇਆ, ਜਿੱਦਾਂ ਬੜੀ ਆਵਾਜ਼ ਜੀ ਚੱਲੀ ਹੈ ਅਤੇ ਬੜੀ ਅੱਗ ਜੀ ਨਿਕਲੀ ਹੈ, ਬੜਾ ਵਿਸਫੋਟ ਵਾਂਗੂ ਵਿਸਫੋਟ ਹੋਇਆ, ਜਾਣੀ ਕਿ ਬੜਾ ਧਮਾਕਾ ਜਿਹਾ ਬੜਾ ਹੋਇਆ, ਲੋਕ ਸਾਡੇ ਮੁਹੱਲੇ ਦੇ ਵੀ ਸਾਰੇ ਉੱਠ ਕੇ ਆਏ ਨੇ ਕਿ ਬੜਾ ਪਤਾ ਨਹੀਂ ਕਿੱਦਾਂ ਪਟਾਕਾ ਜਿਹਾ ਬੜੀ ਜ਼ੋਰ 'ਤੇ ਠੱਲਿਆ ਹੈਗਾ। ਪਤਾ ਲੱਗਿਆ ਕੋਈ ਕੀ ਚੀਜ਼ ਦਾ ਹੈਗਾ? ਨਹੀਂ ਭਾਈ, ਇਹ ਨਹੀਂ ਪਤਾ ਲੱਗਾ ਕਿਸ ਚੀਜ਼ ਦਾ, ਕੋਈ ਨੁਕਸਾਨ ਨਹੀਂ? ਨੁਕਸਾਨ ਨਹੀਂ ਹੋਇਆ, ਜਾਨ ਮਾਲ ਦਾ ਖਤਰਾ ਕਿਸੇ ਨੂੰ ਨਹੀਂ ਹੈ, ਕੋਈ ਚੱਕਰ ਨਹੀਂ। ਕੀ ਲੱਗਦਾ ਤੁਹਾਨੂੰ ਕੀ ਹੋ ਸਕਦਾ? ਹੋ ਸਕਦਾ ਭਾਈ ਕੋਈ ਪਟਾਕਾ ਪਟੂਕਾ ਵੀ ਹੋ ਸਕਦਾ, ਜਾਂ ਤੇ ਕੋਈ ਵਿਸਫੋਟ ਜਾਂ ਕੋਈ ਚੀਜ਼ ਇੱਦਾਂ ਦੀ ਵੀ ਹੋ ਸਕਦੀ ਹੈ। ਆਵਾਜ਼ ਭਾਈ ਬਹੁਤ ਜ਼ੋਰ ਦੀ, ਆਵਾਜ਼ ਤਾਂ ਘੱਟੋ ਘੱਟ ਕਿਲੋਮੀਟਰ ਦੂਰ ਤੱਕ ਗਈ ਹੋਣੀ। ਅਧਿਕਾਰੀ ਪਹੁੰਚੇ ਮੌਕੇ ਤੇ? ਅਧਿਕਾਰੀ ਭਾਈ ਆਏ 15-20 ਮਿੰਟ ਬਾਅਦ ਆਏ ਜਦੋਂ ਉਹਨਾਂ ਨੂੰ ਪਤਾ ਲੱਗਾ। ਸਰ ਐਕਚੁਅਲੀ ਬਲਾਸਟ ਦਾ ਜਿਹੜਾ ਅਫਵਾਹ ਜਿਹੜੀ ਜੋ ਵੀ ਹੈ ਸਰ, ਕੀ ਮਾਮਲਾ ਕੀ ਐਕਚੁਅਲੀ? ਜਿਸ ਤਰ੍ਹਾਂ ਆਪਾਂ ਨਿਊ ਅਬਰੋਲ ਨਗਰ ਬ੍ਰਿਜ ਦੇ ਲਾਗੇ ਖੜ੍ਹੇ ਹਾਂ ਅਤੇ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਕੋਈ ਸਾਊਂਡ ਆਈ ਹੈ ਕਾਫੀ ਜ਼ਿਆਦਾ, ਜਿਸ ਤਰ੍ਹਾਂ ਲੱਗਿਆ ਕੋਈ ਬਲਾਸਟ ਹੋਇਆ, ਅਤੇ ਮੈਂ ਮੌਕੇ 'ਤੇ ਆ ਕੇ ਦੇਖਿਆ, ਥੱਲੇ ਸਪੋਟ ਵੀ ਦੇਖਿਆ, ਅਤੇ ਇਸ ਤਰ੍ਹਾਂ ਕੋਈ ਬਲਾਸਟ ਵਾਲੀ ਗੱਲ ਹੈ ਨਹੀਂ ਜੋ ਪ੍ਰੀਲਿਮਨਰੀ ਮੈਂ ਦੇਖੀ ਹੈ, ਕਿਉਂਕਿ ਮੈਂ ਖੁਦ ਵੀ ਆਰਮੀ 'ਚ ਰਿਹਾ, 12 ਸਾਲ ਸਾਡਾ ਇਸੀ ਕੰਮ 'ਚ ਆਪਣਾ ਤਜਰਬਾ ਵੀ ਸੀ, ਅਤੇ ਕੋਈ ਮਤਲਬ ਆਪਾਂ ਕਹਿ ਲਈਏ ਕਿ ਵੀ ਕੋਈ RTX ਜਾਂ ਇਸ ਤਰ੍ਹਾਂ ਦਾ ਬਲਾਸਟ, ਕੋਈ ਜਿਹੜਾ ਸਪੈਸ਼ਲੀ ਡਿਜ਼ਾਈਨਡ ਕਿਸੇ ਨੇ ਕੋਈ ID ਲਗਾਈ ਹੋਈ ਹੈ, ਇਸ ਤਰ੍ਹਾਂ ਪ੍ਰੀਲਿਮਨਰੀ ਜੋ ਮੈਂ ਦੇਖਿਆ ਮੌਕਾ 'ਚ ਮੈਨੂੰ ਇਸ ਤਰ੍ਹਾਂ ਲੱਗਿਆ। ਇਹਦਾ ਰੀਜ਼ਨ ਇਹ ਲੱਗ ਰਿਹਾ ਜ਼ਿਆਦਾ, ਮੈਨੂੰ ਲੱਗ ਰਿਹਾ ਕਿ ਉੱਥੇ ਕੱਚ ਦੀ ਬੋਤਲ ਵੀ ਸੀ। ਕਈ ਵਾਰੀ ਕੀ ਹੁੰਦਾ, ਜਿਸ ਤਰ੍ਹਾਂ ਬੀਅਰ ਦੀ ਬੋਤਲ ਹੈ ਜਾਂ ਜਿਹ 'ਚ ਅਲਕੋਹਲ ਹੁੰਦਾ, ਉਹਨੂੰ ਅਗਰ ਆਪਾਂ ਛੱਡ ਦਈਏ ਅਬੈਂਡਨਡ, ਅਤੇ ਇਹ ਜਿਹੜੀ ਅੱਗ ਉੱਪਰੋਂ ਥੱਲੇ ਨੂੰ ਗਈ ਹੈ, ਅਤੇ ਮੇ ਬੀ ਕਈ ਵਾਰ ਟੈਂਪਰੇਚਰ ਹਾਈ ਹੁੰਦਾ ਤਾਂ ਜਿਹੜੀ ਬੋਤਲ ਵਗੈਰਾ ਉਹ ਪਾੜ ਜਾਂਦੀ ਹੈ, ਅਤੇ ਅਲਕੋਹਲ ਕੀ ਹੁੰਦਾ ਜਦੋਂ ਪਾੜਦਾ ਅਤੇ ਉਹ ਜਿੰਨਾ ਉਹਦੇ 'ਚ ਲੀਕਡ ਹੁੰਦਾ ਉੱਪਰ ਨੂੰ ਐਜ਼ ਅ ਸਪਰੇ ਟਾਈਪ ਉੱਪਰ ਨੂੰ ਖਿਲਰਦਾ। ਬਟ ਫਿਰ ਵੀ ਆਪਾਂ ਨੂੰ ਇਤਿਹਾਸ ਦੇ ਤੌਰ 'ਤੇ ਏਰੀਆ ਰਾਊਂਡਅਪ ਕੀਤਾ ਅਤੇ ਆਪਣੇ ਕੋਲ ਇੱਕ ਟੀਮ ਹੈ ਸਪੈਸ਼ਲਿਸਟ, ਉਹਨੂੰ ਬੁਲਾ ਕੇ ਉਹਨੂੰ ਚੈੱਕ ਕਰਵਾ ਲੈਂਦੇ ਹਾਂ, ਅਤੇ ਜਿਹੜੀ ਅੱਗੇ ਕੋਈ ਗੱਲ ਸਾਹਮਣੇ ਆਏਗੀ ਤੁਹਾਨੂੰ ਦੱਸ ਦਾਂਗੇ। ਬਾਕੀ ਇਹ 'ਚ ਪੈਨਿਕ ਕਰਨ ਦੀ ਕੋਈ ਲੋੜ ਨਹੀਂ,
ਮੁੱਢਲੀ ਜਿਹੜੀ ਮੈਂ ਜਿਹੜੀ ਸਪੋਟ ਵੈਰੀਫਾਈ ਕੀਤਾ ਇਹਦੇ 'ਚ ਕੋਈ ਵੀ ਕੋਈ ਇੱਦਾਂ ਦੀ ਕੋਈ ਗੱਲ ਨਹੀਂ ਹੈ, ਕੋਈ ਕੀ ਵੀ ਆਈ ਡੀ ਲੱਗੀ ਸੀ ਜਾਂ ਇਸ ਤਰ੍ਹਾਂ ਦੀ ਕੋਈ ਮੈਟਰ ਹੈ। ਜਿਸ ਤਰ੍ਹਾਂ ਕੋਈ ਬੋਟਲ ਵਗੈਰਾ ਹੁੰਦੀ ਹੈ ਜਦੋਂ ਬੰਦ ਹੁੰਦੀ ਹੈ ਅਲਕੋਹਲ ਦੀ, ਜਿਸ ਤਰ੍ਹਾਂ ਉੱਥੇ ਇੱਕ ਬੋਟਲ ਸੀ ਕੱਚ ਦੀ, ਲੈਟ ਸਪੋਜ਼ ਉਹਦੇ ਅੰਦਰ ਕੋਈ ਅਲਕੋਹਲ ਸੀ ਜਿੱਦਾਂ ਸ਼ਰਾਬ ਦੀ ਬੋਤਲ ਹੈ ਜਾਂ ਬੀਅਰ ਦੀ ਬੋਤਲ ਹੈ, ਜਦੋਂ ਟੈਂਪਰੇਚਰ ਵੱਧਦਾ ਉਦੋਂ ਜਦੋਂ ਬਲਾਸਟ ਹੋਊਗੀ ਅਤੇ ਨੈਚੁਰਲੀ ਉਹਦੀ ਆਵਾਜ਼ ਵੀ ਆਉਂਦੀ ਹੈ ਅਤੇ ਜਿਹੜਾ ਉਹਦੇ ਲਿਕੁਇਡ ਉੱਪਰ ਨੂੰ ਫਿਰ ਜਾਂਦਾ ਉਹ ਇੱਕ ਰੀਜ਼ਨ ਬਣਦਾ। ਦੂਸਰਾ ਇਹ ਹੈ ਕਿ ਵੀ ਜਦੋਂ ਆਈ ਡੀ ਵਗੈਰਾ ਦਾ ਬਲਾਸਟ ਹੁੰਦਾ ਨਾ ਉੱਥੇ ਫਿਰ ਆਪਾਂ ਨੂੰ ਉਹਦੇ ਰੈਮੀਨੈਂਟਸ ਮਿਲਦੇ ਆ, ਸ਼ਰ੍ਹਾ ਹੁੰਦਾ ਉਹ 'ਚ ਜ਼ਰੂਰ, ਉਹ ਲਾਗੀ ਸਾਗੀ ਉਹਦੇ ਨਿਸ਼ਾਨ ਮਿਲਦੇ ਆ ਅਤੇ ਉਹ ਸਾਰੀਆਂ ਚੀਜ਼ਾਂ, ਉਹਦੇ ਇਲਾਵਾ ਵਾਇਰਸ ਮਿਲਦੀਆਂ ਲੂਜ਼ ਵਾਇਰ ਜਾਂ ਕੋਈ ਉਹਦੇ ਪੈਲੇਟਸ ਮਿਲਦੇ ਆ, ਨਿਸ਼ਾਨ ਮਿਲਦੇ ਆ ਅਤੇ ਇਸ ਤਰ੍ਹਾਂ ਦਾ ਕੋਈ ਪ੍ਰੀਲਿਮਿਨਰੀ ਕੋਈ ਗੱਲ ਨਹੀਂ ਹੈ, ਇਹਨਾਂ ਵਾਇਰਸ ਆ ਪੈਲੇਟਸ ਆ ਕੋਈ ਹੋਰ ਨਿਸ਼ਾਨ ਵੀ ਨਹੀਂ ਹੈ ਨਾ ਕੋਈ ਇਸ ਤਰ੍ਹਾਂ ਦਾ ਆਬਜੈਕਟ। ਆਵਾਜਾਈ ਸਰ ਬਹੁਤ ਜ਼ਿਆਦਾ, ਕੋਈ ਰਾਹਗੀਰ ਨੂੰ ਕੋਈ ਨੁਕਸਾਨ ਨਹੀਂ ਹੋਇਆ? ਨਹੀਂ ਨਹੀਂ ਕੋਈ ਨੁਕਸਾਨ ਨਹੀਂ ਹੋਇਆ, ਕੁਛ ਨਹੀਂ ਸੀ, ਜਸਟ ਸਾਊਂਡ ਆਈ ਹੈ। ਬਾਕੀ ਇਹਨੂੰ ਸਟਾਰਟ ਹੋਣ ਦਾ ਵੀ ਰੀਜ਼ਨ ਇਹ ਹੈ ਕਿ ਇੱਥੇ ਕੂੜਾ ਸੀ, ਇੱਥੇ ਅੱਗ ਲੱਗ ਉੱਪਰ ਅੱਗ ਲਗਾਈ ਗਈ, ਉਹ ਅੱਗ ਥੱਲੇ ਨੂੰ ਗਈ, ਜਦੋਂ ਅੱਗ ਥੱਲੇ ਗਈ ਤਾਂ ਇੱਕ ਜਗ੍ਹਾ 'ਤੇ ਜਿਹੜਾ ਉੱਥੇ ਜਾ ਕੇ ਇੱਕ ਕਿਸਮ ਦਾ ਧਮਾਕਾ ਹੋਇਆ। ਹੁਣ ਧਮਾਕੇ ਦਾ ਰੀਜ਼ਨ ਜਿਹੜਾ ਆਪਾਂ ਹੁਣ ਦੇਖ ਲਵਾਂਗੇ, ਵੈਸੇ ਪ੍ਰੀਲਿਮਿਨਰੀ ਲੱਗ ਰਿਹਾ ਕਿ ਜਿੱਦਾਂ ਅਲਕੋਹਲ ਜਾਂ ਸ਼ਰਾਬ ਦੀ ਕੋਈ ਬੋਤਲ ਸੀ ਜਿਹੜੀ ਟੈਂਪਰੇਚਰ ਜਦੋਂ ਵਧਿਆ ਤਾਂ ਉਹ ਇੱਕ ਕਿਸਮ ਨਾਲ ਡੈਟੋਨੇਟ ਹੋ ਗਈ। ਲੋਕਾਂ ਨੂੰ ਕੀ ਮੈਸੇਜ ਦਿੱਤਾ? ਜੀ ਮੇਰਾ ਇਹ ਮੈਸੇਜ ਆ ਕਿ ਪੈਨਿਕ ਕਰਨ ਦੀ ਕੋਈ ਲੋੜ ਨਹੀਂ, ਕੁਛ ਵੀ ਇਸ ਤਰ੍ਹਾਂ ਦੀ ਗੱਲ ਜਿਹੜੀ ਮੁੱਢਲੀ ਜਿਹੜੀ ਮੈਂ ਇਹਦੀ ਜਾਇਜ਼ਾ ਲਿਆ ਇੱਦਾਂ ਦੀ ਕੋਈ ਗੱਲ ਨਹੀਂ ਆਈ, ਪੈਨਿਕ ਕਰਨ ਦੀ ਕੋਈ ਲੋੜ ਨਹੀਂ ਅਤੇ ਬਾਕੀ ਨੂੰ ਫਿਰ ਵੀ ਆਪਾਂ ਚੈੱਕ ਕਰ ਰਹੇ ਹਾਂ ਅਤੇ ਕੋਈ ਇਸ ਤਰ੍ਹਾਂ ਦੀ ਬਲਾਸਟ ਬਲੂਸਟ ਆਈ ਡੀ ਬਲਾਸਟ ਇਸ ਤਰ੍ਹਾਂ ਦੀ ਕੋਈ ਗੱਲ।